जिला अमृतसर दे पिंड छापियां वाली दे विच उस समय दहशत दा माहौल बन गया जदों एक बच्चा भेद भरे हालातां दे विच लापता हो गया। दसिया जा रही है कि बच्चा स्कूल दे विच गया सी पर स्कूल तो वापिस घर नहीं परतिया। दस दिए कि बच्चे दे गायब होने तो बाद पिंड दे विच सनसनी फैल गई है। हालांकि पुलिस नूं सूचना दे दित्ती गई है ते पुलिस दे वल्लों बच्चे दी भाल कीती जा रही है ते दसिया जा रहा है कि यह बच्चा पिंड छापियां वाली दा रहण वाला है अते जिसका नाम हरनूर सिंह है ते उसकी उम्र 14 साल है। स्कूल दे विच बच्चा 8वीं जमात दे विच पढ़ता है ते कल सवेरे 7 बजे दे करीब अपने घरों स्कूल जाण लई निकलिया तां स्कूल बस तक पहुंचन तो पहला ही गायब हो गया ते उसका स्कूल दा बस्ता सड़क ते पिया मिलिया। दस दे कि पुलिस दे वल्लों नेड़ले सीसीटीवी खंगाले जा रहे ने तां जो बच्चे नूं लभ्या जा सके। आओ जान लैंदे आ इस मौके पीड़ित परिवार ने जानकारी दिंदे हुए की दस्सिया। मेरा बच्चा सवेरे 7 बजे स्कूल गया अजे तक लगा नहीं गा स्कूल बस से नहीं चढ़िया भी बैग छट के गया से उतों ही कोई लै गया जान की हो मैं कुछ नहीं पता अजे तक कुछ पता नहीं चल की नाम है बच्चे का हरनूर सिरे स्कूल दे टाइम ते जांदा तुहानू कुछ कहा इत्थे दस के गया होवे जां कुछ नहीं दस के गया वो बड़ा खुश सी जब मैं स्कूल चलिया केड़ी क्लास च पढ़दा बच्चा 8वीं क्लास च ਤੁਹਾਨੂੰ ਕੀ ਲੱਗ ਰਿਹਾ ਕਿ ਬੱਚੇ ਦੇ ਨਾਲ ਕੋਈ ਯਾਰੀ ਦੋਸਤੀ ਜਾਂ ਕਿਤੇ ਇੰਦਰ ਉਧਰ ਜਾਣ ਦਾ ਕੋਈ ਕਾਰਨ ਮੈਨੂੰ ਨਹੀਂ ਲੱਗਦਾ ਕਿਉਂਕਿ ਉਹ ਇਦਾਂ ਕਦੀ ਨਹੀਂ ਸੀ ਕਰਦਾ ਕਿ ਉਹ ਕਦੀ ਆਪਣੀ ਮਰਜ਼ੀ ਨਾਲ ਕਦੀ ਕਿਤੇ ਨਹੀਂ ਸੀ ਕਦੀ ਨਹੀਂ ਕਿਤੇ ਗਿਆ ਸੀ ਆਪਣੀ ਮਰਜ਼ੀ ਨਾਲ ਜਿੱਥੇ ਵੀ ਜਾਂਦਾ ਸੀ ਮੈਨੂੰ ਦੱਸ ਕੇ ਬੱਚੇ ਦੇ ਘਰ ਵਾਪਸ ਪਰਤਣ ਤੋਂ ਬਾਅਦ ਤੁਹਾਡੇ ਵੱਲੋਂ ਪੁਲਿਸ ਦੀ ਤਲਾਸ਼ ਦਿੱਤੀ ਗਈ ਹਾਂਜੀ ਸਵੇਰ ਦੀ ਪੁਲਿਸ ਨੇ ਤਲਾਸ਼ ਦਿੱਤੀ ਪੁਲਿਸ ਸਵੇਰ ਦੀ ਲੱਭਦੀ ਪਈ ਪੁਲਿਸ ਵੱਲੋਂ ਕੀ ਪੁਰੋ ਸੱਤਾ ਹੈ ਪੁਲਿਸ ਨੇ ਮਤਲਬ ਕਿ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੀ ਪਈ ਹੈ ਛਾਪੇਮਾਰੀ ਕਰਦੀ ਪਈ ਹੈ ਸਾਰਾ ਕੁਝ ਪਰ ਅਜੇ ਸਾਨੂੰ ਕੋਈ ਜਵਾਬ ਨਹੀਂ ਮਿਲਿਆ ਕੋਈ ਮਤਲਬ ਕਿ ਕਿਸੇ ਪਾਸੇ ਕੋਈ ਕਲੂ ਨਹੀਂ ਮਿਲਿਆ ਕਿ ਕੁਛ ਪਤਾ ਨਹੀਂ ਚੱਲਿਆ ਉੱਥੇ ਹੀ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਹੈ ਇਹ ਵੀ ਜ਼ਰਾ ਸੁਣ ਲਓ ਆਪਣੇ ਨਾਲ ਹੀ ਦੇ ਹਰਨੂਰ ਸਿੰਘ ਹੋਰ ਵੀ 14 ਸਾਲ ਚ ਆਪਣੇ ਸਿਰੇ ਸਕੂਲ ਜਾਣ ਦੀ ਬਾਸੀ ਜੀਪ ਦੇ ਵਿੱਚ ਖੜਾ ਸੀ ਉਹਦਾ ਉੱਥੋਂ ਅਚਾਨਕ ਹੀ ਜਿਹੜਾ ਉੱਥੋਂ ਗਾਇਬ ਹੋ ਗਿਆ ਉਹਦੀ ਜਦੋਂ ਮਾਤਾ ਉੱਥੇ ਗਈ ਤਾਂ ਉਹਦਾ ਉੱਥੇ ਬਸਤਾ ਉਹਦਾ ਮਿਲਿਆ ਅਸੀਂ ਹੋਰ ਕੈਮਰੇ ਵੀ ਵੇਖੇ ਆ ਦੋਵੇਂ ਵੱਲੋਂ ਕੈਮਰੇ ਵੇਖਿਆ ਪਰ ਕੋਈ ਉਸ ਵੇਲੇ ਨਾ ਕੋਈ ਅਜਨਬੀ ਆਦਮੀ ਆਇਆ ਨਾ ਹੀ ਕੋਈ ਨਾਮਾਲੂਮ ਗੱਡੀ ਆਈ ਫਿਰ ਵੀ ਇਹਦੀ ਜਿਹੜੀ ਬਰੀਕੀ ਦਾ ਤਸਦੀਕ ਕੀਤੀ ਜਾ ਰਹੀ ਹੈ ਅਤੇ 365 IPC ਕਰਮ ਕਰਮਾਂ ਦਰਜ ਕਰਤਾ ਤਫਤੀਸ਼ ਜਾਰੀ ਆ ਜੋ ਵੀ ਰਾਹ ਸਾਹਮਣੇ ਆਏ ਉਸ ਦਾ ਜਲਦੀ ਤੋਂ ਜਲਦੀ ਜਿਹੜਾ ਜਿਹੜਾ ਲੱਗਿਆ ਇਸ ਸਾਰੀ ਘਟਨਾ ਦੇ ਪਿੱਛੇ ਕੋਈ ਸ਼ੱਕੀ ਅੰਸਰ ਤਾਂ ਨਹੀਂ ਪਾਇਆ ਜਾ ਰਿਹਾ ਤੱਕ ਨਹੀਂ ਇਹੋ ਜਿਹਾ ਸ਼ੱਕੀ ਵਾਲਾ ਮਾਮਲਾ ਤਾਂ ਨਹੀਂ ਅਸੀਂ ਇਹ ਜੋੜ ਰਹੇ ਕਿ ਉਸ ਟਾਈਮ ਦੇ ਜਿਸ ਟਾਈਮ ਗੁਆ 7 ਵਜੇ ਉਸ ਟਾਈਮ ਕੋਈ ਵੀ ਗੱਡੀ ਜਾਂ ਕੋਈ ਸ਼ੱਕੀ ਵਿਅਕਤੀ ਇੱਧਰੋਂ ਨਹੀਂ ਆ ਨੇੜਲੇ ਫੁਟੇਜ ਕੈਮਰੇ ਦੀ ਸਹਾਇਤਾ ਦੇ ਨਾਲ ਕੁਝ ਗੱਲਬਾਤ ਕੋਈ ਦੇਖਦੀ ਹੋਵੇ ਸਾਨੂੰ ਉਹਦੇ ਵਿੱਚ ਸਾਨੂੰ ਇਹ ਮਦਦ ਮਿਲੀ ਆ ਕਿ ਸਾਡਾ ਜਿਹੜਾ ਉਹ ਜਿਹੜਾ ਕਿਡਨੈਪ ਵਾਲਾ ਸੀ ਉਹ ਸ਼ੱਕ ਦੂਰ ਹੋਇਆ ਵਾ ਚਲੋ ਫਿਰ ਵੀ ਅਸੀਂ ਸਾਰੇ ਐਂਗਲਾਂ ਤੋਂ ਤੋਂ ਕਿਡਨੈਪ ਦਾ ਵੀ ਉਹਦੇ ਅਚਾਨਕ ਜਾਣ ਦਾ ਵੀ ਜਾਂ ਕਿਸੇ ਤਰ੍ਹਾਂ ਦਾ ਹੋਰ ਵੀ ਕਿਸੇ ਤਰ੍ਹਾਂ ਜਾਣ ਦਾ ਵੀ ਸਾਰੇ ਐਂਗਲਾਂ ਤੋਂ ਤੋਂ ਅੰਮ੍ਰਿਤਸਰ ਤੋਂ ਵਿਸ਼ਵ ਗਿੱਲ ਦੀ ਰਿਪੋਰਟ ਦੇ ਨਾਲ ਦੀ TVNRI